सिखाए थे, जब उन्होंने सिखाया है केवल ने केवल गुरु घर गुरु की घर सुनाने वास्ते, और फिर भी बहुत गुरु की घर हम लोग ध्यान नहीं होते। ये बाड़ी का जो भी हो गया हम लोग पक्या की जरूरत नहीं, कोई क्या बाड़ी को खाने की जरूरत नहीं, और केवल ने केवल लोग रुकने की बड़े हो गए बाड़ी का सुनने वास्ते ध्यान होंगे। गाने वाला दाल कोई अश्लील गाने पाने वाले गायकों की फसल सू पक्के गाने की जरूरत नहीं है, क्योंकि सड़कों का सुभाव है, सड़कों के नजीकों के सुभाव ऐसे बन गए कोई चंगी गल मनों तैयार नहीं है। जेकर सड़कों के लक्षण से यह चंगी गल सुन वास्ते मेहनत सुनाने वास्ते मेहनत करनी पड़ती है, और माड़ी गल सुना वास्ते मेहनत कोई नहीं करनी पड़ती ज़्यादा, क्योंकि गर्मा तो करके हम नेड़े उन्होंने गलों वास्ते दौड़ते हैं, उन्होंने गलों को देखने वास्ते दौड़ते हैं। जिस गर्मा को लाभा है उस बारे वर्षा को समझे पड़ता है, उस वर्षे को मन बहुत घट पड़ता है, बुरे काम को बहुत खलोया नाम की मेरा पैदा हो जाए। महान गुरु को जमीन की सदी ने बाबा अगर सिंह जी महाराज और पुराने ਕਰਦਾ ਹੈ, ਉਹਨੂੰ ਵੀ ਗੁਰੂ ਕਰਕੇ ਹੀ ਮੰਨਿਆ ਜਾਂਦਾ।
ਆਪਣੇ ਮਨ ਦੀ
ਸਤਿਗੁਰੂ ਜੀ ਨੇ ਬਾਣੀ ਉਚਾਰੀ ਹੈ, ਜਿਹਨੇ ਸਵਾਸ ਬਾਣੀ ਦਾ ਗੁਰੂ ਕੀਤਾ ਉਹਨੇ ਸਵਾਸ ਆਪਣੇ ਜਿਹੜੇ ਗੁਰੂ ਉਹਨਾਂ ਸਵਾਸਾਂ ਦੀ ਕੀਮਤ ਅੱਗੇ ਜਾ ਕੇ ਅਤੇ ਜਿੰਨੇ ਸਵਾਸ ਉਹਨਾਂ ਸਵਾਸਾਂ ਵਿੱਚ ਜਿੰਨੇ ਸਵਾਸ ਗੁਰੂ ਦੀ ਗੁਰੂ ਦੇ ਪ੍ਰੇਮ ਵਿੱਚ ਖਰਚੇ ਜਿਹਨਾਂ ਨੇ ਗੁਰੂ ਨਾਲ ਪ੍ਰੇਮ ਕੀਤਾ ਗੁਰੂ ਦੇ ਨਾਲ ਪ੍ਰੇਮ ਪ੍ਰਾਪਤ ਕਰਨ ਲਈ ਪ੍ਰੇਮਾ ਬਾਣੀ ਕਹਿੰਦੇ ਜਿਹਨਾਂ ਨੇ ਪ੍ਰੇਮਾ ਬਾਣੀ ਕੀਤੀ ਗੁਰੂ ਨੇ ਮਨ ਜਾ ਕੇ ਸਾਰ ਸਵਾਸ ਉਹ ਬਾਤ ਮੇਰਾ ਮਾਤਾ ਜੋਜਨ ਆਪਣੀ ਭਗਤ ਕਰਨ ਲਈ ਜਿਹੜੇ ਬਾਤ ਸਵਾਸ ਭਗਤਾਂ ਦੇ ਬਾਤ ਸਵਾਰੇ ਨੇ ਸੰਸਾਰ ਵਿੱਚ ਕੋਈ ਦੂਜੀ ਗੱਲ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਨਾਮ ਦੇਵ ਦੀ ਸਾਧਨ ਗੁਰੂ ਗ੍ਰੰਥ ਸਾਹਿਬ ਬਹੁਤ ਬੜੇ ਵਚਨ ਉਤਾਰ ਰਹੇ ਨੇ ਭਗਤਾਂ ਦੀ ਪੈਜ ਰੱਖੀ ਇਹ ਭਗਤ ਉਹਨਾਂ ਨੂੰ ਵੀ ਹੈ ਜਿਹੜੇ ਸੇਵਾ ਭਗਤੀ ਵਿੱਚ ਕਰ ਰਹੇ ਨੇ ਦਾਸ ਬਧਾਈ ਤਾਂ ਬਧਾਈ ਹੈ
ਧਰਵਾਂ ਬੱਕਰੀਆਂ ਬੱਕਰੀਆਂ ਉਹਨਾਂ ਦੇ ਧਰਵਾਂ ਦੇ ਕਾਨੂੰਨ ਹੈ, ਗਾਵਾਂ ਦੀਆਂ ਮਰਜ਼ਾਦਾ ਬੱਕਰੀਆਂ ਬੱਕਰੀਆਂ ਮੁਸਲਮਾਨਾਂ ਦੇ ਸੁਣਤ ਹੈ, ਸਿੱਖਾਂ ਅੰਦਰ ਨਹੀਂ। ਕੇਵਲ ਅਤੇ ਕੇਵਲ ਉਹਨਾਂ ਦੀ ਬਾਕੀ ਜਿਹੜੀ ਮਰਜ਼ਾਦਾ ਜੇ ਮੁਸਲਮਾਨ ਸਨ ਸਾਰੇ ਲੋਕਾਂ ਨਾਲ ਪ੍ਰੇਮ ਕਰਦਾ ਰੱਬ ਉਹਨਾਂ ਦੀ ਲੋੜ ਹੈ, ਜੇ ਹਿੰਦੂ ਹੈ ਜਾਂ ਸਿੱਖ ਹੈ। ਜਿਹੜਾ ਸੰਸਾਰ ਵਾਲਿਆਂ ਨੂੰ ਉਹ ਕਰਦਾ ਗੁਰਬਾਣੀ ਸਾਰਿਆਂ ਵਾਸਤੇ ਸਾਂਝੀ ਹੈ। ਗੁਰੂ ਗ੍ਰੰਥ ਸਾਹਿਬ ਜੀ ਨੇ ਕੇਵਲ ਸਿੱਖ ਦੀ ਗੱਲ ਕਰਨੀ ਨਹੀਂ ਕੀਤੀ, ਕਹਿੰਦੇ ਜਦ ਲੱਗ ਉਹ ਮਤਲਬ ਸੰਗ ਮਾਏ ਤਦ ਲੱਗ ਧਰਮ ਰਾਏ ਦੇ ਸਜਾ, ਇੱਥੇ ਕਿਸੇ ਧਰਮ ਦੀ ਗੱਲ ਨਹੀਂ। ਇਹਨਾਂ ਦੇ ਠੀਕ ਦਾ ਉਹ ਸੰਸਾਰ ਦੇ ਫਾਇਦ ਪ੍ਰਦਾਨ ਹਨ, ਹੋਰ ਸੰਸਾਰੀ ਪੱਟੀਆਂ ਨਾਲ ਹੈ ਤਦ ਰਾਜ ਦੀ ਸਜਾ ਤੋਂ ਬਚ ਰਹੀ ਹੈ। ਇਹ ਸਾਰੀਆਂ ਗੱਲਾਂ ਨੂੰ ਕੰਨ ਕੇ ਹੀ ਮਨੁੱਖ ਤਰੱਕੀ ਵਿੱਚ ਪਹੁੰਚਦਾ, ਨਹੀਂ ਤਾਂ ਇਹਦਾ ਪਹੁੰਚ ਜਾਣ ਦਾ ਚੱਕਰ ਮੁਮਕਿਨ ਨਹੀਂ ਹੁੰਦਾ। ਪਤਾ ਕਿ ਕਿੰਨੇ ਜਨਮ ਦਾ ਬਚਾਉਣ ਕੋਈ ਗੱਲ ਗਲਤੀ ਨਹੀਂ ਹੈ। ਬਹੁਤ ਸਾਰੇ ਲੋਕ ਅਗਲਾ ਜਨਮ ਮੰਨਦੇ ਨੇ, ਨਾ ਪਿੰਡਾ ਜਨਮ ਮੰਨਦੇ ਨੇ, ਪਰਮਾਤਮਾ ਗੁਰੂ ਦਾ ਜਨਮ ਮੰਨਦੇ ਨਹੀਂ, ਪਰ ਬਾਬਾ ਸਾਹਿਬ ਜੀ ਨੇ ਗੁਰੂ ਦਾ ਜਨਮ ਮੰਨਿਆ। ਇਸ ਕਰਕੇ ਜਿਹੜਾ ਵੀ ਮਨੁੱਖ ਕੋਈ ਵੀ ਹੈ ਉਹਨਾਂ ਦਾ ਪਹੁੰਚ ਜਾਣ ਦਾ ਚੱਕਰ ਮੁਕਤਾ ਨਹੀਂ ਹੁੰਦਾ। ਉਹਨੂੰ ਇਹ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੱਸੀ ਹੋਈ ਗੱਲ ਜਾਂਦਾ, ਮਨੁੱਖ ਨੂੰ ਪਰਾਂ ਨਹੀਂ ਕਰਨੀ। ਤੁਸੀਂ ਸਿਰਫ ਇਤਿਹਾਸ ਦੇਖੋ, ਭਾਈ ਕੁਮਾਰ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦਾ ਨਾਲ ਹੋਵੇ, 200 ਸਾਲ ਦਾ ਸਮਾਂ ਕੱਢਿਆ ਅਤੇ ਜਾ ਕੇ ਹਜ਼ੂਰ ਸਾਹਿਬ ਬਹਾਦਰ ਸਾਹਿਬ ਨਾਲ ਸਰਕਾਰ ਬੈਠੇ ਹੋਏ, ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇੱਕ ਜਗ੍ਹਾ 'ਤੇ ਬੈਠੇ ਹੋਏ, ਇਹ ਬੈਠਿਆ ਬੈਠਿਆ ਸਾਹਿਬ ਛੱਪੜੀ ਸੀ ਇੱਕ ਪਾਣੀ, ਪਾਣੀ ਦੀ ਛੱਪੜੀ ਜੁੜਦੀ ਅੱਜ ਵੀ ਵੈਸੇ ਉਸੇ ਤਰ੍ਹਾਂ ਹੀ ਉੱਥੇ ਸਰੋਵਰ ਨਾਮ ਪਰ ਉਸ ਵੇਲੇ ਪਾਣੀ ਦੀ ਛੱਪੜੀ ਸੀ। ਸਾਹਿਬਾਂ ਨੇ ਬੈਠਿਆ ਬੈਠਿਆ ਕਿਉਂਕਿ ਪਾਣੀ ਦੇ ਉੱਤੇ ਮੇਰ ਜੀ ਪਾਣੀ ਪੀਣਾ ਸਨ, ਚਾਹੇ ਬਾਹਰ ਖੋੜਾ ਚਾਹੇ ਦੂਜਾ ਸਾਰੇ ਜੀ ਪਾਣੀ ਪੀਣਾ ਹੁੰਦੇ, ਸਹਿਬਾ ਪਾਣੀ ਪੀਣ ਆਇਆ ਅਤੇ ਸਹਿਬ ਨੂੰ ਜੋਰ ਸਹਿਬ ਮੌਕਾ ਬੈਠਿਆਂ ਨੇ ਸਹਿਜ ਕੇ ਪਾ ਦਿੱਤਾ ਉੱਥੇ ਜਿੱਥੇ ਬੈਠੇ, ਸਹਿਬਾ ਡੇਕਿਆ ਬਾਹਰ ਨੱਚਾ ਡੇਕਿਆ ਮਾਤਾ ਸਰਕਾਰ ਕਰਨਾ ਕਿਸੇ ਵੱਡੇ ਦੀ ਨਾ ਪੜਦਾ ਕਰੇਗਾ ਇਹ ਬੋਲਦੇ ਬੋਲਦੇ ਇਹਨਾਂ ਦੇ ਸਾਨੂੰ ਇਹ ਬੋਲਦਾ ਦਿੱਤਾ ਪਾ ਦਿੱਤਾ ਅਤੇ ਤੁਸੀਂ ਜੇ ਮਾਤਾ ਸੀ ਤਾਂ ਤੁਹਾਡਾ ਸਰੀਰ ਵਗੈਰਾ ਜਿਹਨਾਂ ਦਾ ਸਰਕਾਰ ਕਰਨਾ ਇਹ ਗਰੀਬ ਹੈ ਛੋਟੇ ਛੋਟੇ ਗਰੀਬ ਹੈ ਜਿਹਨੂੰ ਤੁਸੀਂ ਬੱਚਿਆਂ ਨੂੰ ਮਾਰ ਦਿੱਤਾ ਪੈਦਾ ਕਰੇ ਆ ਉਸ ਵੇਲੇ ਆਤਮਾ ਸੁਣਦੀ ਸਾਹਮਣੇ ਖੜੀ ਹੋ ਗਈ ਸਾਹਿਬ ਗੁਰਬਾਣੀ ਪਾਣੀ ਦਾ ਇਸ ਦੌਰ ਵਿੱਚੋਂ ਪਹਿਲਾਂ ਕਿਹੜੀ ਕਿਹੜੀ ਦੌਰ ਵਿੱਚੋਂ ਮਾਰਿਆ ਉਹਨੇ ਸੱਚਿਆ ਮਾਰਾ 200 ਸਾਲ ਸਾਹਿਬ ਗੁਰੂ ਨਾਨਕ ਸਾਹਿਬ ਦੇ ਕਰਮਾਂ ਨੂੰ ਉਸ ਵੇਲੇ ਉਹਨਾਂ ਦੀ ਸਮਰਪੀ ਕੀਤੀ ਹੈ, ਉਹਨਾਂ ਨੇ ਮੈਂ ਵਚਨ ਵੀ ਸੁਣੇ ਔਰ ਉਹਨਾਂ ਦੇ ਨਾਲ ਕੋਲ ਸਮਾਂ ਰਹਿਣ ਦਾ ਸਮਾਂ ਵੀ ਮੈਨੂੰ ਮਿਲਿਆ, ਪਰ ਮੈਂ ਆਪਣੀ ਗਲਤੀ ਕਾਰਨ ਮੈਂ ਉਹਦਾ ਵਚਨ ਨਹੀਂ ਮੰਨਿਆ, ਬੇਮੁਖ ਹੋ ਗਿਆ, ਪਰਿਵਾਰ ਦਾ ਮੁਖ ਮੰਨ ਲਿਆ ਕਿ ਗੁਰੂ ਨਾਨਕ ਸਾਹਿਬ ਵਾਲਾ ਭੇਟ ਕਰ ਮਹਾਰਾਜ ਅੱਜ ਤੁਹਾਡੀ ਕਿਰਪਾ ਹੋਈ ਉਹ ਮੇਰਾ ਸਮੇਂ ਸੀ ਮੇਰੇ ਪਰਿਵਾਰ ਵਾਲਿਆਂ ਨੇ ਗੁਰੂ ਨਾਨਕ ਸਾਹਿਬ ਤੋਂ ਪ੍ਰਸਾਦ ਲਿੱਤਾ ਮੇਰਾ ਸਾਹਿਬ ਦੇ ਵਚਨ ਕਹਿ ਕੇ ਜੱਗੇ ਸੀ ਇਹ 84 ਜੀ ਹੋ ਗਏ ਆ ਪਰਿਵਾਰ ਨੇ ਬੇਨਤੀ ਕੀਤੀ ਮਹਾਰਾਜ ਜਿਹਨੇ ਤੁਹਾਡੀ ਸੰਗਤ ਕੀਤੀ ਹੈ ਤੁਹਾਡੀ ਸੰਗਤ ਦਾ ਪੁੱਛਣਾ ਪੁੱਛਣਾ ਸਾਰੇ ਨੂੰ ਬਸ ਚਲੋ ਜੀ ਬੋਲਣ ਸਾਰਾ ਮਹਾਰਾਜ ਅਸੀਂ ਇਹਦੀ ਜਗ੍ਹਾ 'ਤੇ ਤੁਹਾਡੇ ਤੋਂ ਮਾਫੀ ਮੰਗਦੇ ਹੁਣ ਦਾ ਗੁਰੂ ਮਹਾਰਾਜ ਦਾ ਬਹੁਤ ਅੱਗੇ ਮਹਾਰਾਜ ਕਹਿੰਦੇ ਸਮੇਂ ਦੇ ਰੱਬ ਦਾ ਆਪਣੇ ਵਿਰਧ ਦੀ ਸਹਿਜ ਰੱਖੋ ਮਹਾਰਾਜ ਜਿਹੜਾ ਸਾਡੇ ਸੰਤ ਆਇਆ ਤੁਸੀਂ ਬੇਨਤੀ ਕਰੋ ਚਲੋ ਭੁੱਲੀਆਂ ਭੁੱਲੀ ਬੰਦੀਆਂ ਨੇ ਇਹ ਤਾਂ ਹੁਣ ਹਾਰ ਜਦੋਂ ਪੰਚਾਇਤ ਦੇ ਅੱਗੇ ਕੋਈ ਗਰਾਂਟੀ ਮਾਫੀ ਮੰਗਦੇ ਪੰਚਾਇਤ ਮਾਫ ਕਰ ਦਿੰਦੀ ਇਹ ਕਹਿੰਦੇ ਬਾਣੀ ਮਾਫੀ ਮੰਗਦਾ ਕਹਿੰਦਾ ਜੀ ਮੈਨੂੰ ਮਾਫੀ ਦੇ ਦਿੰਦੇ ਪੰਚਾਇਤ ਪੰਚਾਇਤ ਦੇ ਬੰਦੇ ਮਾਫੀ ਮੰਗਦੇ ਜਦੋਂ ਗੁਰੂ ਨਾਨਕ ਦੇਵ ਨੇ ਮਾਫੀ ਮੰਗੀ ਹੈ ਤੇ ਗੁਰੂ ਵੀ ਮਾਫੀ ਦਿੰਦੇ ਪੰਚਾਇਤ ਨੂੰ ਰੱਬ ਦਾ ਰੂਪ ਮੰਨਿਆ ਪੰਜ ਬੰਦੇ ਵੱਡੇ ਹੋਣ ਰੱਬ ਦਾ ਰੂਪ ਮੰਨ ਕੇ ਇਸੇ ਤਰ੍ਹਾਂ ਗੁਰੂ ਦੇ ਅੱਗੇ ਜਦੋਂ ਕੋਈ ਬੇਨਤੀ ਕਰਦਾ ਹੋਵੇ ਮਾਫੀ ਦੀ ਗੁਰੂ ਮਾਫੀ ਦੇ ਦਿੰਦਾ ਕਹਿਣ ਲੱਗਿਆ ਮਹਾਰਾਜ ਮੇਰੇ ਪਰਿਵਾਰ ਮੰਨਿਆ ਉਸ ਵੇਲੇ ਮਾਫੀ ਮੰਗੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਚੋਂ ਮੇਰੀ ਤਾਂ ਮੌਤ ਹੋ ਗਈ ਪਰ ਮੇਰੇ ਪਰਿਵਾਰ ਮੰਨਿਆ ਨੇ ਮੈਨੂੰ ਉਸਾਦ ਅਤੇ ਗੁਰੂ ਨਾਨਕ ਸਾਹਿਬ ਬੈਠ ਕੇ ਪਾਏ ਸਮਾਂ ਮਨੀਤ ਹੋ ਗਿਆ ਜੀਵ ਦੇ ਵੱਸ ਦੀ ਗੱਲ ਨਹੀਂ ਹੈ ਅਸੀਂ ਤਾਂ ਤਾਪ ਹੀ ਦੁਨੀਆ ਆਉਂਦੇ ਹਾਂ ਉਦਾਸ ਦੁਨੀਆ ਨੂੰ ਤਾਪ ਵਾਸ ਨਹੀਂ ਹੁੰਦੇ ਜਿਹੜਾ ਜੀਵ ਭੁੱਲ ਜਾਂਦਾ ਉਹ ਜਨ ਪਾਉਣ ਦੇ ਚੱਕਰ ਵਿੱਚ ਮੁੜ ਕੇ ਫਿਰ ਪਾਇਆ ਅਸੀਂ ਕੱਢਣ ਆਉਂਦੇ ਹਾਂ ਪਰ ਜੀਵ ਕਿੱਦਾਂ ਦਾ ਨਹੀਂ ਚਾਹੁੰਦੇ ਇਹਨਾਂ ਦੀ ਵਾਸੀ ਵਰਤੀ ਕੀਤਾ ਹੁੰਦੀ ਹੈ ਤਾਂ ਸਹਿ
ਰਾਜਾ ਬਣੀਆਂ ਮੇਰੇ ਨਾਲ ਭਲਾ ਕਰ ਦੇਵਾਂਗੇ, ਇਹਨੂੰ ਫਿਰ ਇਹਦਾ ਡਾਂਸ ਦੇ ਦੇਵਾਂਗੇ, ਬੰਦੇ ਦੀ ਬਹੁਤ ਦਵਾ ਦੇਵਾਂਗੇ। ਅਤੇ ਮਹਾਰਾਜ ਤੁਸੀਂ ਸਾਡੀ ਕਿਰਪਾ ਕੀਤੀ, ਮੈਂ ਬੜੇ ਗੁਰਾਂ ਦੀ ਮੰਗਦਾ ਹਾਂ, ਉਹ ਸਭ ਸਾਲ ਦਾ ਸਮਾਂ ਦਿੱਤੀਆਂ, ਇਸ ਕਰਕੇ ਜਿਹੜੇ ਜਿਹੜੇ ਗੁਰੂ ਦੀ ਸੰਗਤ ਵਿੱਚ ਜਾਂਦੇ ਨੇ, ਗੁਰੂ ਅੱਗੇ ਜਾ ਕੇ ਜੇਕਰ ਬਾਕੀ ਮੰਦਿਆਂ ਕੋਲ ਸੁਣਾ ਦੇ, ਗੁਰੂ ਅੱਗੇ ਜਾ ਕੇ ਨਾਮ ਦੀ ਨਾਸ ਮੰਦਿਆਂ ਕੋਲ, ਅੱਜ ਅਰਦਾਸਾਂ ਦੇ ਵਿੱਚ ਬਾਹਰ ਜਾਣ ਦੀ ਜਿਹੜਾ ਮੁੱਦਾ ਦਿੱਤੀ, ਕੋਈ ਸਰੀਰਕ ਕਸ਼ਟ ਦੀ ਲੈ ਕੇ ਸਾਰੀਆਂ ਅਰਦਾਸਾਂ ਸੰਸਾਰੀ ਮੰਗਾਂ ਨੇ ਆਪਣੇ ਭਲੇ ਵਾਸਤੇ ਪ੍ਰਧਾਨ ਮੰਤਰੀ ਚਾਹੀਦੇ ਮਹਾਰਾਜ ਸੱਚੇ ਪਾਤਸ਼ਾਹ ਪੂਰੇ ਮਾਰਗ ਜਿਹਨੇ ਬਤਾਇਆ ਵੈਸਾ ਹੋਰਮਟ ਪਾਤੀ ਪਾਇਆ, ਜੇਕਰ ਬੜਾ ਰਾਮ ਰਾਮ ਸਾਰੇ ਪਾਸੇ ਅਤੇ ਮਹਾਰਾਜ ਵਾਸਤੋਂ ਜੀ ਤੁਹਾਡੇ ਚਰਨਾਂ ਦੀ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿਸ਼ਵਾਸ ਕਰੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਵਚਨਾਂ ਨੂੰ, ਅੱਜ ਸਿੱਖਾਂ ਦਾ ਵਿਸ਼ਵਾਸ ਬਹੁਤ ਘੱਟ ਗਿਆ, ਜਿੰਨੀ ਵਿਸ਼ਵਾਸ ਦੀ ਕਮੀ ਆ ਗਈ ਉਹਨਾਂ ਰੱਬ ਗੁਰੂ ਜਿੰਨੀ ਵਿਸ਼ਵਾਸ ਨੂੰ ਪ੍ਰਮੁੱਖਤਾ ਹੈ ਗੁਰੂ ਉਸਦੇ ਨੇੜੇ, ਜਿਹਨਾਂ ਦੇ ਅੰਦਰ ਵਿਸ਼ਵਾਸ ਉਹ ਪੱਥਰ ਦੇ ਵਿੱਚੋਂ ਵੀ ਰੱਬ ਖੜਾ ਹੁੰਦੇ, ਜਿਹਨਾਂ ਦੇ ਅੰਦਰ ਵਿਸ਼ਵਾਸ ਨਹੀਂ ਸੀ ਪੂਰੇ ਵੱਡੇ ਜਨਮਾਂ ਦੇ ਚੱਕਰ ਲਾਤੇ ਹੋਏ, ਅਤੇ ਸੱਚੇ ਪਾਤਸ਼ਾਹ ਫਿਰ ਮੌਕੇ ਕਰੋ ਇਹ ਦੁਆਰਾ ਚੱਕਰਾਂ ਦੇ ਚੱਕਰ ਤੋਂ ਬਚਾ ਲਓ, ਜਿਹੜਾ ਵੀ ਗੁਰੂ ਅੱਗੇ ਵਿਸ਼ਵਾਸ ਕਰਕੇ ਬੇਨਤੀ ਕਰਦਾ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਵਚਨ ਹੈ, ਅੱਜ ਵੀ ਤੁਸੀਂ ਹਜ਼ੂਰ ਸਾਹਿਬ ਜਾਓ ਉੱਥੇ ਹੱਥ ਵਿੱਚ ਪੋਟੀ ਪਈ ਹੈ, ਭਾਈ ਹਰ ਸਿੰਘ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਰਹਿਣ ਵਾਲਾ ਸਿੱਖ ਜਿਹੜਾ ਹਰ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵਚਨ ਦੇਖਦਾ ਸੀ, ਕੌਣ ਸਿੱਖ ਆਇਆ ਸਾਹਿਬਾਂ ਨੇ ਕੀ ਕੀਤਾ ਔਰ ਸਿੱਖ ਨੇ ਕੀ ਕੀਤਾ, ਉਹਦੇ ਸਾਰੇ ਪ੍ਰਸ਼ਨ ਉੱਤਰ ਭਾਈ ਹਰ ਸਿੰਘ ਨੇ ਹੱਥ ਨਾਲ ਪੋਟੀ ਵਿੱਚ ਲਿਖੇ ਹੋਏ ਹੈ, ਔਰ ਭਾਈ ਹਰ ਸਿੰਘ ਨੇ ਵਚਨ ਦਿੱਤੀਆਂ ਜਦੋਂ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਸੱਚਖੰਡ ਜਾਣ ਦਾ ਸਮਾਂ ਸਿੱਖਾਂ ਨੂੰ ਦੱਸ ਦਿੱਤਾ ਔਰ ਸਿੱਖਾਂ ਨੂੰ ਦੱਸ ਕੇ ਭਾਈ ਦਇਆ ਸਿੰਘ ਜੀ ਵਾਲੇ ਸਿੱਖ ਸਾਹਿਬਾਂ ਨੂੰ ਵੱਡੀ ਬਣਾਉਂਦੇ ਸਨ, ਸਾਹਿਬਾਂ ਨੂੰ ਭਾਈ ਸਾਹਿਬ ਕਹਿ ਕੇ ਬਣਾਉਂਦੇ ਹੁੰਦੇ ਸਨ, ਅਤੇ ਉਸ ਵੇਲੇ ਗੁਰੂ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਸਾਰੇ ਗੁਰੂ ਅੱਗੇ ਤੋਰ ਕੇ ਸਨ ਗੁਰੂਆਂ ਦੇ ਲੜ ਲਾਉਂਦੇ ਪਏ, ਅਤੇ ਮਹਾਰਾਜ ਅੱਗੇ ਸਾਡਾ ਗੁਰੂ ਕੌਣ ਹੋਵੇਗਾ, ਅੱਗੇ ਤੁਸੀਂ ਸਾਨੂੰ ਕਿਹਦੇ ਲੜ ਲਾ ਕੇ ਚਲੇ, ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇਹ ਵਚਨ ਅੱਜ ਬਹੁਤ ਸਾਰੇ ਲੋਕ ਕਹਿੰਦੇ ਗੁਰੂ ਸਾਹਿਬ ਨੇ ਨਹੀਂ ਪਾ ਲਿਆ, ਇਹ ਕਿਸੇ ਨੇ ਵਚਨ ਦੇਖਣਾ ਹੋਵੇ ਕਿ ਹਜ਼ੂਰ ਸਾਹਿਬ ਤੱਕ ਨੇ ਪੋਟੀ ਭਾਈ ਹਰ ਸਿੰਘ ਨੇ ਦਿੱਤੀ ਹੈ, ਉਹਦੇ ਵਿੱਚ ਦਿੱਤੀ ਹੈ ਆਗਿਆ ਪਤੀ ਅਕਾਲ ਕੀ ਸਮੇਂ ਜਲਾਜਮਾਨ ਸਨ ਸਭ ਸਿੱਖ ਨੂੰ ਪੋਲੇ ਅਤੇ ਸਿੰਘ ਜੀ ਵਾਲੇ ਜਿੱਥੇ ਸਿੰਘਣ ਨਹੀਂ ਹੈ ਵੈਸੇ ਸਭ ਸਿੰਘ ਨੂੰ ਭੁੱਖ ਹੈ, ਗੁਰੂ ਮਾਨਵ ਗ੍ਰੰਥ ਗੁਰੂ ਗ੍ਰੰਥ ਦੀ ਬਾਣੀ ਇਹਦੇ ਅੱਗੇ ਬਿਮਾਰੀ ਹੈ, ਗੁਰੂ ਗ੍ਰੰਥ ਦੀ ਬਾਣੀ ਨੂੰ ਪੜ੍ਹ ਪੁਰਾਣ ਦੀ ਲਈ ਜੋ ਪੜ੍ਹਦਾ ਮਿਲੇ ਹੋ ਬਹੁਤ ਸਾਰੇ ਜਨਮ ਹੋ ਗਏ ਅਤੇ ਕੋਈ ਪੁੱਛਣਾ ਹੀ ਕਿਸੇ ਨੂੰ ਮਿਲੇ ਹੋ ਜੋ ਕੰਮ ਕੋ ਮਿਲੇ ਹੋ ਚਾਹੇ ਕੋਈ ਸਮਝ ਮਿਲੇ ਇਹ ਤਾਂ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਵਚਨ ਮੰਨਣ ਕਿ ਗੁਰੂ ਗ੍ਰੰਥ ਸਾਹਿਬ ਦੀ ਉਹੀ ਰੂਪ ਹੈ ਉਹੀ ਰੂਪ ਹੈ, ਜਿੰਨਾ ਸਰਕਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਕਰੋਗੇ ਉਹਨਾਂ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸੰਸਾਰ ਹੋਵੇਗਾ, ਗੁਰੂ ਨਾਨਕ ਸਾਹਿਬ ਜੀ ਦਾ ਸੰਸਾਰ ਹੋਵੇਗਾ, ਪੈਰ ਰੱਖ ਕੇ ਡਰ ਰੱਖ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪੈਰ ਰੱਖਿਆ ਕਰੋ, ਬਹੁਤ ਵਾਰੀ ਕਈ ਵਾਰੀ ਦੇਖਿਆ ਵੀ ਪਰਿਵਾਰ ਪਾਠ ਕਰਨ ਰਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹੁੰਦੇ ਕਈ ਐਸੀਆਂ ਗੱਲਾਂ ਬਣ ਜਾਂਦੀਆਂ ਜਿਹੜੀਆਂ ਗੁਰੂ ਦੀ ਸਰਕਾਰ ਨੇ ਉਹ ਹੁੰਦੀਆਂ ਨੇ ਇਸ ਵਾਰੀ ਹੋ ਜਾਂਦੀ ਵਿਆਹ ਸਾਰੇ ਲੋਕ ਗੁਰੂ ਦੀ ਪਰਵਾਹ ਨਹੀਂ ਕਰਦੇ, ਉਹ ਕੇਵਲ ਅਤੇ ਕੇਵਲ ਆਪਣੇ ਰਿਸ਼ਤੇਦਾਰਾਂ ਦੀ ਨੌਕਰ ਆਉਂਦੇ ਇਹ ਹੋਰ ਬਣ ਜਾਂਦੇ ਰਸਤਿਆਂ ਤੋਂ, ਬਹੁਤ ਸਾਰੇ ਪੂਰੀਆਂ ਵਾਲ ਗੁਰੂ ਗ੍ਰੰਥ ਸਾਹਿਬ ਵੱਲੋਂ ਪ੍ਰਿੰਟ ਕਰਕੇ ਲੋਕਾਂ ਨੂੰ ਪੂਰੀ ਕਰਾਉਂਦੇ ਅੱਗੇ ਕੋਸ਼ਿਸ਼ ਕਰਿਆ ਕਿ ਉਹਨਾਂ ਨੂੰ ਹੋਰ ਅੱਗੇ ਪਾਈ ਗੁਰੂ ਵੱਲੋਂ ਪ੍ਰਿੰਟ ਕਰਕੇ ਨਾਮ ਖੜਾ ਹੋ ਉਹ ਲੋਕਾਂ ਵੱਲ ਉਹਨਾਂ ਦੇ ਗੁਰੂ ਵੱਲੋਂ ਦੇਖ ਜੇ ਗੁਰੂ ਦੀ ਨਾਰਾਜ਼ਗੀ ਹੋਵੇ ਕਿਤੇ ਵਾਪਸੇ ਨਹੀਂ ਜਾਣਾ ਹੋਵੇ ਜੇ ਲੋਕਾਂ ਦੀ ਸੰਬੰਧੀਆਂ ਦੀ ਨਾਰਾਜ਼ਗੀ ਦਾ ਝੜ ਲਵਾਂ ਕੇ ਪੂਰੀ ਕਰ ਇਹ ਤਾਂ ਰਾਜੇ ਹੀ ਆ ਵੈਸੇ ਹੀ ਕੋਸ਼ਿਸ਼ਾਂ ਪਰ ਨਹੀਂ ਕੀਤਾ ਕਿ ਇਹ ਤਾਂ ਪਹਿਲੇ ਰਾਜ ਹੀ ਹੋਏ ਬੈਠੇ ਆ ਕਿ ਗੁਰੂ ਦੀ ਨਾਰਾਜ਼ਗੀ ਨਾ ਹੋ ਜਾਵੇ ਸੈਂਕੜੀਆਂ ਸਾਲਾਂ ਦਾ ਫਰਕ ਪੈ ਚੁੱਕਾ ਹੁਣ ਜੇ ਗੁਰੂ ਨੂੰ ਮਨਾਉਣ ਵਾਸਤੇ ਗੁਰੂ ਮੰਨਿਆ 200 ਸਾਲ ਬਾਅਦ ਮੰਨਿਆ ਫਿਰ ਵੀ ਪੂਰੇ ਮਾਨ ਸਿੰਘ ਦੀ ਗਵਾਹੀ ਹੈ ਉਸ ਵੇਲੇ ਸੱਚ ਨਾਲ ਨਹੀਂ ਹੋ ਰਿਹਾ
ਸੇਵਾ ਕਰਨ ਦੇ ਇਹ ਕੰਮ
ਜਿਹੜਾ ਤੁਸੀਂ ਇੰਨਾ ਵੱਡਾ ਹੁੰਦਾ ਕਿ ਪੂਰੇ ਤੁਸੀਂ ਇੱਕ ਐਸ ਤੈਰਾਕੇ ਵਾਸਤੇ ਉਹਦਾ ਮਾਣ ਮਾਣਦੇ ਹੋ ਜਾਂ ਹੀਰਾ ਬਣਦੇ ਹੋ ਜਾਂ ਐਸ ਦੇ ਦੋਨੋਂ ਪੁਆਇੰਟ ਦਾ ਫਰਕ ਜਿਹੜਾ ਫਿਰ ਮਨ ਸਾਹਿਬ ਮਨ ਹੀਰੇ ਨੂੰ ਪਟਾ ਜਾਂਦਾ ਜਿਸਨਾ ਹੀਰਾ ਮੋਦੀ ਚੋੜ ਮੰਸ ਨੇ ਫਿਰ ਹੀਰਾ ਪਾ ਮੰਸ ਨੇ ਹੋਰ ਮੋਦੀ ਚੋੜਦੇ ਨੇ ਤੇ 12 ਸਾਲ ਮੰਸ ਜਿਹੜਾ ਮੋਦੀ ਚੋੜਦਾ ਰਹੇ ਚੋੜਦਾ ਰਹੇ ਜਿਹੜੇ ਮੋਦੀ ਆ ਜਦੋਂ ਸਮੁੰਦਰ ਦੇ ਪਤਾ ਨਹੀਂ ਜਿੱਦਾਂ ਬਲੇ ਹੋਏ ਸਭ ਤੋਂ
ਨਾ ਉਹ ਵੈਰੀ ਨਹੀਂ ਪਵਾਨਾ
ਰਾਮਦੇਵ ਨੇ ਮੁਸਲਮਾਨ ਬਣੀਆਂ ਮੰਨੇ ਵੀ ਗੱਲ ਇਹ ਸਾਰੀਆਂ ਬਾਬਾ ਸਾਹਿਬ ਸਿੰਘ ਜੀ ਉਹਨਾਂ ਸਾਹਿਬ ਵਾਲਿਆਂ ਕੋਲ ਗੁਰੂ ਸਾਹਿਬ ਸਨ ਇਹ ਸਾਰੇ ਮੁਸਲਮਾਨ ਫਕੀਰ ਉਸ ਵੇਲੇ ਨਾਨਕ ਸਾਹਿਬ ਫਕੀਰ ਆਤਮਾ ਦੀਆਂ ਗੱਦੀਆਂ ਥੱਲੇ ਪੰਜਾਬ ਦੇ ਚੱਲ ਰਹੀਆਂ ਬੜੇ ਬੜੇ ਮਹਾਤਮਾਵਾਂ ਦੇ ਬੈਠੇ ਅਤੇ ਨਾਨਕ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਨਾਲ ਜੁੜੇ ਹੋਏ ਉਹ ਮੁਸਲਮਾਨ ਫਕੀਰ ਵੀ ਹਿੰਦੂ ਵੀ ਅਤੇ ਸਿੱਖ ਵੀ ਅਸਲੀ ਬ੍ਰਾਹਮਣ ਸੂਰਤ ਪਾਇਆ ਸਾਨੂੰ ਦੇਖਦਾ ਪੜਦਾ ਗੁਰੂ ਸਾਡਾ ਗੁਰੂ ਨਾਨਕ ਸਾਹਿਬ ਜੀ ਕਿਸੇ ਨੂੰ ਨਹੀਂ ਕਿਹਾ ਤੁਸੀਂ ਕੌਣ ਮੁਸਲਮਾਨ ਹੈ ਕੋਈ ਜ਼ਿਆਦਾ ਬਣ ਜਾ ਹਿੰਦੂ ਹੈ ਕੋਈ ਜ਼ਿਆਦਾ ਬਣ ਜਾ ਸਿੱਖ ਹੈ ਕੋਈ ਇੱਦਾਂ ਦਾ ਬਣ ਜਾ ਅਤੇ ਸਿੱਖ ਨੂੰ ਵੀ ਦਾਦਾ ਜੀ ਗੁਰੂ ਨਾਨਕ ਸਾਹਿਬ ਜੀ ਫਕੀਰ ਅਤੇ ਮੁਸਲਮ ਹਿੰਦੂ ਨੂੰ ਵੀ ਸਤਿਗੁਰੂ ਜੀ ਨੇ ਕਿਹਾ ਕਿਉਂ ਮਾਤਾ ਨਾਨਕ ਸਮਾਜਤ ਵੱਲ ਸਦਾ ਆਦੇਸ਼ ਕਹਿੰਦੇ ਸਮਾਜਤ ਗੁਰਬਾਣੀ ਸੰਸਕਾਰ ਆਪੇ ਲੱਗ ਜਾਣ ਜੀ ਪੜੋ ਆਪੇ ਲੱਗ ਜਾਣ ਜੀ ਆਲਤ ਨਹੀਂ ਲੱਗਦੇ ਤੁਸੀਂ ਜੀ
पता नहीं कि प्लानिंग हो रहे हो क्या पता था कमानियां कमानियां इतना बढ़िया था कमाई तो काबला था जब कमानियां वाले बोलते हैं ना तो वो बार बार बात होती है कि जो चीज पानी हो जाए वो लगा वो चीज हो जाए ये सब ये तलाब का पार्ट था बैठने का ये सीट का हो गया मैं बजट बोलता थी हाँ सब तो ये निकाल रखा रात बोलता छोड़ पड़े करना था अब बोलता छोड़ पड़े करना था ਰਾਤਾਂ ਦੇ ਨਾਲ ਚਲੇ ਕਾਰੀ ਉਹਦਾ ਛੋੜ ਪੈਂਦਾ ਸਾਰੇ ਆਵਾ ਜਾਣ ਰਹੇ ਕੋ ਰੱਖ ਕੇ ਆਵਾ ਜਾਣ ਰਹੇ ਕੋ ਰੱਖ ਕੇ ਕਹਿੰਦੇ ਆਵਾ ਜਾਣਾ ਗੁਰੂ ਦੇ ਬਖਸ਼ਿਸ਼ ਤੋਂ ਬਿਨਾ ਮਨੋ ਬੜਾ ਉਪਰਾ ਜਾਣਾ ਮੁੱਕ ਨਹੀਂ ਸਕਦਾ ਜਿਹੜੇ ਵੀਰੇ ਮਨੋ ਕਾਹਦਾ ਉਪਰਾ ਜਾਣਾ ਮੁੱਕ ਕੇ ਉਹਨਾਂ ਨੇ ਗੁਰੂ ਦੀ ਬਖਸ਼ਿਸ਼ ਲਈ ਗੁਰੂ ਦੇ ਬਚਨਾਂ ਤੇ ਭਰੋਸਾ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨਾਂ ਤੋਂ ਮੰਨਿਆ ਉਹ ਮਨੋ ਬੜਾ ਉਪਰਾ ਜਾਣਦਾ ਸਕਦਾ ਆਪਣੇ ਜਿਨ੍ਹਾਂ ਨੇ ਨਾਮ ਜਪਣ ਦੀ ਖਾਤਰ ਆਪਣੇ ਸਰੀਰਾਂ ਨੂੰ ਉਸੇ ਹੱਥ ਸਰੀਰ ਲਾਏ ਉਹਨਾਂ ਸਰੀਰਾਂ ਦੀ ਜੈ ਜੈ ਕਾਰ ਸੰਸਾਰ ਨੇ ਨਹੀਂ ਕੀਤੀ ਉਹਨਾਂ ਲੋਕਾਂ ਦੀ ਜੈ ਜੈ ਕਾਰ ਸੀ ਸੰਸਾਰ ਨੇ ਤਾਂ ਕੀਤੀ ਹੈ ਕੌਣ ਸਾਰੀਆਂ ਪੀੜ੍ਹੀਆਂ ਵੀ ਉਹਨਾਂ ਦੀ ਜੈ ਜੈ ਕਾਰ ਕਰਦੀਆਂ ਕਿੰਨਾ ਕਿੰਨਾ ਸਮਾਂ ਮਹਾਂਪੁਰਖਾਂ ਨੂੰ ਹੋਇਆ ਸੁਣੇ ਉਹਨਾਂ ਨੂੰ ਕਦੇ ਕੁੜੀਆਂ ਯਾਦ ਕਰਨੀ ਚਾਹੀਦੀ ਹੈ ਜੋ ਜਿਵੇਂ ਤੁਸੀਂ ਬੈਠੇ ਹੋ ਭਾਈ ਪ੍ਰਮੁੱਖੋ ਜੋ ਵੀ ਮਿਲਦੇ ਆ ਵਿਸ਼ਵਾਸ ਸਾਰੇ ਪਰਿਵਾਰ ਸਾਰੇ ਹੁੰਦੀਆਂ ਹਨ ਵਾਹਿਗੁਰੂ।